ਵੈਲਕਮ ਦੋਸਤੋ ਕੀ ਹਾਲ ਚਾਲ ਹੈ ਜਨਾਬ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰਨਾ ਪ੍ਰੈਸ ਕਿ ਮੇਰੀ ਹਰ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਤੁਹਾਡੇ ਤੱਕ ਪਹੁੰਚੇ ਔਰ ਤੁਸੀਂ ਵੇਖੋ ਸਭ ਤੋਂ ਪਹਿਲਾਂ ਅੱਜ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ ਇੱਕ ਨੀਲੀ ਦਾ ਤੋਹਫਾ ਔਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੈ ਨੀਲੀ ਦਾ ਇੱਕ ਬਰੀਡਰ ਹੈ 8-9 ਮਹੀਨੇ ਪਹਿਲੇ ਮੈਂ ਇੱਕ ਕਾਲੀ ਲੰਗਰੀਆ ਦੇ ਨਾਮ ਦਾ ਇੱਕ ਜੋਟਾ ਬੁਰਾ ਚੜਾਇਆ ਸੀ ਉਹਦੀ ਪਹਿਲੀ ਮਾਲੀ ਦਾ ਇੱਕ ਕੱਟਾ ਸਾਡੇ ਕੋਲ ਖੜਾ ਹੈ ਦਰਿਆਏ ਸਤਲੁਜ ਦੇ ਉੱਤੇ ਮਣ ਦੀ ਸਫੈਦ ਆਖੇ ਲਾਲ ਬੁਰਾ ਹੈ ਬੜਾ ਸੋਹਣਾ ਹੈ ਮੱਥੇ ਥਲਕੀ ਜੀ ਫੁੱਲੀ ਸੀ ਸਿੰਘ ਖੁੰਡੇ ਸੂ ਅਜੇ ਹੁਣ 2 ਦਿਨ ਹੁੰਦਾ ਪਿਆ ਔਰ ਮੱਝੀ ਕਰਦਾ ਪਿਆ ਬੜਾ ਖੂਬਸੂਰਤ ਬਰੀਡਰ ਹੈ ਵੀਡੀਓ ਨੂੰ ਆਖਰ ਤੱਕ ਦੇਖਣਾ ਹੈ ਜਿਨ੍ਹਾਂ ਨੇ ਨੀਲੀ ਤੇ ਬਰੀਡ ਕਰਨੀ ਹੈ ਨੀਲੀ ਤੇ ਕੰਮ ਕਰਨਾ ਹੈ ਨੀਲੀ ਦੇ ਜਾਨਵਰਾਂ ਨੂੰ ਅੱਗੇ ਨਸਲ ਜ਼ਿਆਦਾ ਵਧਾਣੀ ਹੈ ਇਸ ਤੋਂ ਵੱਧ ਤੁਹਾਡੇ ਕੋਲ ਕੋਈ ਚੁਆਇਸ ਨਹੀਂ ਇਨਸ਼ਾਅੱਲਾ ਔਰ ਲੋਕ ਰਾਜ਼ੀ ਹੋ ਜਾਣਗੇ ਕਿ ਵਾਕਈ ਕਿਸੇ ਨੇ ਨੀਲੀ ਦਾ ਬਰੀਡਰ ਕਿਸੇ ਦੋਸਤ ਨੇ ਲਿਆ ਹੈ ਔਰ ਕਿਸੇ ਦੋਸਤ ਨੇ ਕਿਸੇ ਨੂੰ ਦਿੱਤਾ ਹੈ ਬਾਕੀ ਜਨਾਬ ਤੁਹਾਡੇ ਸਾਹਮਣੇ ਹਰ ਚੀਜ਼ ਕੈਮਰਾਮੈਨ ਲੱਭ ਕੇ ਕੱਟੇ ਨੂੰ ਤਸੱਲੀਆਂ ਕਰਾਇਆ ਖਾਵੇਗਾ ਮਾਲ ਦੀ ਦੋਵੇਂ 'ਚ ਖੜਿਆ 2 ਵਾਰੀ ਉਹਨੂੰ ਬੰਨਿਆ ਲੇਕਿਨ ਬਚ ਗਿਆ ਹੁਣ ਦਰਿਆ ਸਤਲੁਜ ਦੀ ਮਾਲ ਦੋਵੇਂ ਦੇ ਵਿੱਚ ਆਏ ਹੈ ਅਤੇ ਉਹਦੀ ਤਸੱਲੀ ਨਾਲ ਪਿਆਰ ਨਾਲ ਮੁਹੱਬਤ ਨਾਲ ਤਸੱਲੀ ਹੋ ਜਾਵੇ ਜੇ ਮਾਲਕ ਹੀ ਕਰਾਏਗਾ ਕੈਮਰਾਮੈਨ ਨਹੀਂ ਹੈਗਾ ਲੇਕਿਨ ਜਿਵੇਂ ਵੀ ਤੁਹਾਨੂੰ ਨਜ਼ਰ ਆਵੇ ਤਸੱਲੀ ਤੁਸੀਂ ਖੁਦ ਕਰਨੀ ਨੇ ਕੈਮਰਾਮੈਨ ਸਮਝਾਓ ਖਦਰਾ ਕੱਟੇ ਤਸੱਲੀ ਕਰਾਓ तू ना तो ठा लगे ना अगो कर लो तुम इत अगो ठा लेना सब बड़ी बन गई बड़ी टाइट थोड़ी मेहनत से ज़ूम करके भाई खलोन दे अगू खलो जा माल दे पीछे बाकी माल भी बगैर ड्राई करा लंगरिया का झोटा है जी ਬਲੈਤ ਲੰਮਾ ਹੈ ਅਜੇ ਮੂੰਹ ਹੁਣ 2 ਦੰਦ ਹੁੰਦਾ ਪਿਆ ਹੈ ਮਹੀਂ ਕਰਦਾ ਹੈ ਔਰ ਬੜਾ ਹੀ ਖੂਬਸੂਰਤ ਬਰੀਡਰ ਹੈ ਇਹ ਤੁਸੀਂ ਵੇਖਦੇ ਪਏ ਜੀ ਬੜਾ ਖੂਬਸੂਰਤ ਹੈ ਕੋਈ ਇਹਦੇ 'ਚ ਮਸਲਾ ਨਹੀਂ ਕੋਈ ਵਾਧਾ ਘਾਟਾ ਕੋਈ ਨਹੀਂ ਬਿਸਮਿਲਲਾ ਵੇ ਸੱਟ ਲਵਾਉਂਦਾ ਇਹਨੂੰ ਪਤਾ ਨਹੀਂ ਮੈਂ ਕੀ ਕਰਦਾ ਪਿਆ ਐਡੀ ਅੰਨੀ ਤਾਕਤ ਇਹਦੇ ਵਿੱਚ ਕਿ ਰਹਿ ਰੱਬ ਦਾ ਨਾਂ ਨੀਲੀ ਬਾਹਰ ਦਾ ਇਹ ਬਰੀਡਰ ਹੈ ਮਾਸ਼ਾਅੱਲਾ ਲੰਮਾ ਕਿੱਡਾ ਹੈ ਕੱਦ ਬੜਾ ਸੂ ਸਿੰਘ ਬੜਾ ਸੋਹਣਾ ਅੱਖਾਂ ਚਿੱਟੀਆਂ ਸਫੈਦ ਮੂਤਰੀ ਛੋਟੀ ਲੰਗਰੀਆਂ ਦਾ ਨਿਸ਼ਾਨ ਲੱਗਿਆ ਹੋਇਆ ਵਲੈਤ ਲੰਮਾ ਹੈ ਝੋਟਾ ਅੱਲਾ ਪਾਕ ਨੇ ਹੁਸਨ ਬੜਾ ਦਿੱਤਾ ਇਹਨੂੰ ਪਕੜੇ ਨੂੰ ਬਸ ਆਓ ਜੀ ਅਲਹਮਦੁਲਿਲਾ ਮਿੱਟੀ ਹੋ ਗਿਆ ਇਹ ਨੀਲੀ ਹੈ ਦੋਸਤ ਆਉਂਦੇ ਨੇ ਕਿ ਜਿਹੜਾ ਹੈ ਨਾ ਨੀਲੀ ਸੌਖੀ ਐਡੀ ਸੌਖੀ ਨਹੀਂ ਹੈ ਆ ਤੁਹਾਡੇ ਸਾਹਮਣੇ ਹੈ ਸਾਰਾ ਕੁਛ ਜੀ ਆ ਪਤਰੇ ਮੇਰੇ ਕੋਲ ਸਤਿ ਸ਼੍ਰੀ ਅਕਾਲ ਇੱਥੇ ਆ ਕੀ ਹਾਲ ਚਾਲ ਹੈ ਠੀਕ ਠਾਕ ਨਾਂ ਕੀ ਹੈ ਅਹਿਮਦ ਅਲੀ ਬਈ ਅਹਿਮਦ ਅਲੀ ਇਹ ਦੱਸੋ ਕਿ ਇਹ ਜਿਹੜਾ ਝੋਟਾ ਤੁਹਾਨੂੰ ਬਰੀਡ ਤੁਸੀਂ ਵਿਖਾਇਆ ਹੈ ਇਹ ਤੁਹਾਡੇ ਘਰ ਦਾ ਹੈ ਘਰ ਦਾ ਅੱਛਾ
ये भी दस्या जे कि यह किन्ने साल हो गया या किन्ने महीनों का हो गया? हूँ दुंदा आता पाया वजन तकरीबन कुछ पांच मन पक्का हो पांच मन तुते ही उसे घटता नहीं। अच्छा हूँ दुंदा आता मई करता फुल करता पे नसल जात की है इनकी मां का रिकॉर्ड प्यो का की पता है बुरा कट्टा तेरे पतरेर को काली लंगरी पुत्र है पहली माली जरा जी छब्बी गिठा जी कंड से बड़ा चौड़ा तो विकया साढ़े चार लख का सरगोदा गया जी मेरे दोस्त लै गए ने बढ़ाई सन सरगोदे दे लै गए सन। अच्छा तो यो जहाँ नीली बच्चे जोटा नहीं जमना इंशाला ना ही कोई जिडे को मर्जी सहन लिया फिर तो होएगा लेकिन ओडा जोटा मैं नहीं अज तक वेख्या उनका पुत्र है पहली माली चो। अच्छा ये हूँ दोंदा हूँ होंगे पे मई करता है मां कि दुध दें जो पूल शडप तो बगैर नीली पठिया के उत्ते कि दुध कर दी 14-15 लीटर कर दी पठिया से जी आप बार चारे ते 14-15 लीटर कर दी मां चंगी है अच्छा नाल इनकी बहन फिर है कि मासी है जी चिट्टिया अखा की फिर बोरी मासी के पतरेर जो भी है खानदान चो है ना इन्हें चो बाकी माँ सारा दरिया चरण गया। अच्छा ये दस अली अहमद कि यह मुहब्बत प्यार की मुल करना जे जहाँ मुल करें नीली दिन मुल बड़े भैड़े होंगे 2.5 लाख रुपये कोई लाड़ प्यार हो जाए थोड़ा बहुत हो जाए प्यार मुहब्बत ज्यादा नहीं होता जोटा चंगा जोटा चंगा 2.5 लाख रुपये मुहब्बत प्यार हो जाएगा ना थोड़ा बहुत हो जाएगा 2,50,000 रुपये डिमांड है जी इस कट्टे की नीली का है कोई शक नहीं कोई शुभा नहीं किसी पासों ब्रीड च खानदान नसल च किसी किस्म का कोई वाधा घाटा नहीं ब्रीडिंग वास्ते बेहतरीन है। उम्मीद है अज्ज वाली वीडियो बेहद लाजवाब लगेगी वीडियो लाइक शेयर तो कमेंट जरूर करना है यदा मुल कोई नहीं बाकी जनाब जो शौक ना जिन्हें रखना जिन्हें नसल ब्रीड करानी है उन्होंने वास्ते बिल्कुल बेहतरीन है। अपना बहुत सारा ख्याल रखे जी मिलेंगे अच्छी और बेहतरीन वीडियो नाल अल्लाह निगहबान।